ਤਾਂ ਕੇਦਾਰਨਾਥ ਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਜਿੱਥੇ ਕੇਦਾਰਨਾਥ ਨੂੰ ਜਾਂਦੇ ਪੈਦਲ ਯਾਤਰਾ ਮਾਰਗ ਦੇ ਉੱਪਰ ਲੈਂਡ ਸਲਾਈਡ ਹੋਈ ਆ। ਪਹਾੜਾਂ ਦੇ ਵੱਡੇ ਵੱਡੇ ਟੁਕੜੇ ਨੇ ਜਿਹੜੇ ਉਸ ਰਸਤੇ ਦੇ ਉੱਪਰ ਆ ਕੇ ਡਿੱਗੇ ਨੇ ਅਤੇ ਜਦੋਂ ਉਹ ਪੱਥਰ ਰਸਤੇ ਦੇ ਵਿੱਚ ਡਿੱਗੇ ਤਾਂ ਉਹਨਾਂ ਪੱਥਰਾਂ ਦੇ ਹੇਠਾਂ ਤਿੰਨ ਯਾਤਰੀ ਆਏ ਨੇ ਜਿਨ੍ਹਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋਈ ਆ, ਜਦਕਿ ਕਾਫੀ ਲੋਕ ਨੇ ਜਿਹੜੇ ਉਹ ਜ਼ਖਮੀ ਵੀ ਦੱਸੇ ਜਾ ਰਹੇ ਨੇ ਅਤੇ ਉਸ ਮਲਬੇ ਦੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਜਿਹੜਾ ਉਹ ਵੀ ਪ੍ਰਗਟਾਇਆ ਜਾ ਰਿਹਾ। ਤਾਂ ਕੇਦਾਰਨਾਥ ਦੇ ਵਿੱਚ ਉਹ ਵੱਡੇ ਹਾਦਸੇ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ, ਜਿੱਥੇ ਗੌਰੀਕੁੰਡ ਦੇ ਕੋਲ ਪੈਦਲ ਯਾਤਰਾ ਮਾਰਗ ਦੇ ਉੱਪਰ ਲੈਂਡ ਸਲਾਈਡ ਹੋਈ ਆ। ਪਹਾੜਾਂ ਦੇ ਉੱਪਰੋਂ ਵੱਡੇ ਵੱਡੇ ਪੱਥਰ ਨੇ ਜਿਹੜੇ ਇਸ ਰਸਤੇ ਦੇ ਉੱਪਰ ਆ ਕੇ ਡਿੱਗੇ ਨੇ ਅਤੇ ਜਿਹੜੇ ਯਾਤਰੀ ਸੀ ਉਹ ਇਸ ਰਸਤੇ ਦੇ ਉੱਪਰੋਂ ਦੀ ਲੰਘ ਰਹੇ ਸੀ ਅਤੇ ਉਹ ਪੱਥਰ ਨੇ ਜਿਹੜੇ ਇਹਨਾਂ ਯਾਤਰੀਆਂ ਦੇ ਉੱਪਰ ਆ ਡਿੱਗੇ ਨੇ ਅਤੇ ਤਿੰਨ ਯਾਤਰੀਆਂ ਦੀ ਦੱਸਿਆ ਜਾ ਰਿਹਾ ਹੈ ਕਿ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਆ, ਜਦਕਿ ਕਈ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਨੇ ਅਤੇ ਕਈ ਸ਼ਰਧਾਲੂ ਦੱਸਿਆ ਜਾ ਰਿਹਾ ਹੈ ਕਿ ਇਸ ਮਲਬੇ ਦੇ ਹੇਠਾਂ ਹਲੇ ਵੀ ਦੱਬੇ ਹੋ ਸਕਦੇ ਨੇ। ਤਾਂ ਪ੍ਰਸ਼ਾਸਨ ਦੇ ਵੱਲੋਂ ਬਚਾਅ ਕਾਰਜ ਦੀਆਂ ਟੀਮਾਂ ਨੂੰ ਮੌਕੇ ਦੇ ਉੱਪਰ ਭੇਜਿਆ ਗਿਆ, ਤਾਂ ਬਚਾਅ ਕਾਰਜ ਦੀਆਂ ਟੀਮਾਂ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ। ਜਿਹੜੇ ਲੋਕ, ਜਿਹੜੇ ਯਾਤਰੀ ਮਲਬੇ ਦੇ ਹੇਠਾਂ ਦੱਬੇ ਹੋਏ ਨੇ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਆ, ਜਦਕਿ ਇਸ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਮੌਕੇ ਦੇ ਉੱਪਰ ਹੀ ਮੌਤ ਹੋਈ ਹੈ। ਤਾਂ ਗੌਰੀਕੁੰਡ ਦੇ ਕੋਲ ਇਹ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਪੈਦਲ ਯਾਤਰਾ ਮਾਰਗ ਹੈ ਜਿਹੜਾ ਉੱਥੇ ਪਹਾੜਾਂ ਤੋਂ ਲੈਂਡ ਸਲਾਈਡ ਹੋਈ ਆ। ਵੱਡੇ ਵੱਡੇ ਪਹਾੜਾਂ ਦੇ ਟੁਕੜੇ, ਵੱਡੇ ਵੱਡੇ ਪੱਥਰ ਨੇ ਜਿਹੜੇ ਉਹ ਇਸ ਰਸਤੇ ਦੇ ਉੱਪਰ ਡਿੱਗੇ ਨੇ ਅਤੇ ਜਿਹੜੇ ਯਾਤਰੀ ਇਸ ਰਸਤੇ ਦੇ ਉੱਪਰੋਂ ਦੀ ਜਾ ਰਹੇ ਸੀ ਤਾਂ ਉਹ ਇਹਨਾਂ ਪੱਥਰਾਂ ਦੇ ਹੇਠਾਂ ਆਏ ਨੇ, ਜਿਹੜੇ ਕਿ ਤਿੰਨ ਲੋਕ ਦੱਸੇ ਜਾ ਰਹੇ ਨੇ, ਤਿੰਨ ਯਾਤਰੀ ਜਿਹੜੇ ਕਿ ਇਹਨਾਂ ਪੱਥਰਾਂ ਦੇ ਹੇਠਾਂ ਆ ਕੇ ਮਾਰੇ ਗਏ ਨੇ। ਤਾਂ ਤਿੰਨ ਯਾਤਰੀਆਂ ਦੀ ਮੌਤ ਹੋਈ ਆ, ਜਦਕਿ ਕਈ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਣੇ। ਤਾਂ ਲੈਂਡ ਸਲਾਈਡਿੰਗ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਨਿਕਲ ਕੇ ਸਾਹਮਣੇ ਆਈਆਂ ਨੇ, ਜਿੱਥੇ ਦੇਖਿਆ ਜਾ ਰਿਹਾ ਕਿ ਕਿੱਡੇ ਕਿੱਡੇ ਟੁਕੜੇ ਨੇ ਜਿਹੜੇ ਪਹਾੜਾਂ ਦੇ ਉਹ ਇਸ ਰਸਤੇ ਦੇ ਵਿੱਚ ਪਏ ਨੇ ਅਤੇ ਰਸਤੇ ਦੇ ਉੱਪਰ ਯਾਤਰੀ ਨੇ ਜਿਹੜੇ ਉਹ ਲੰਘ ਰਹੇ ਅਤੇ ਕਈ ਯਾਤਰੀ ਇਹਨਾਂ ਪਹਾੜਾਂ ਦੇ ਹੇਠਾਂ ਆਏ ਨੇ, ਜਿਸ ਕਰਕੇ ਉਹਨਾਂ ਦੀ ਮੌਤ ਹੈ ਜਿਹੜੀ ਉਹ ਹੋਈ ਹੈ। ਤਾਂ ਕਈ ਲੋਕ ਨੇ ਜਿਹੜੇ, ਕਈ ਯਾਤਰੀ ਗੰਭੀਰ ਰੂਪ ਦੇ ਨਾਲ ਜ਼ਖਮੀ ਵੀ ਹੋਏ ਨੇ ਅਤੇ ਕਈ ਨੇ ਜਿਹੜੇ ਇਸ ਮਲਬੇ ਦੇ ਹੇਠਾਂ ਦੱਬੇ ਹੋਣ ਦਾ ਖਦਸ਼ਾ ਜਿਹੜਾ ਉਹ ਵੀ ਪ੍ਰਗਟਾਇਆ ਜਾ ਰਿਹਾ। ਤਾਂ ਬਚਾਅ ਕਾਰਜ ਦੀਆਂ ਟੀਮਾਂ ਨੇ ਜਿਹੜੀਆਂ ਉਹ ਲਗਾਤਾਰ ਜੁਟੀਆਂ ਹੋਈਆਂ ਨੇ। ਜਿਹੜੇ ਲੋਕ ਮਾਰੇ ਗਏ ਨੇ, ਜਿਨ੍ਹਾਂ ਦੀ ਮੌਤ ਹੋਈ ਆ, ਤਾਂ ਉਹਨਾਂ ਦੀਆਂ ਮ੍ਰਿਤਕ ਦੇਹਾਂ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਗਿਆ ਅਤੇ ਬਚਾਅ ਕਾਰਜ ਦੀਆਂ ਟੀਮਾਂ ਲਗਾਤਾਰ ਉਸ ਮਲਬੇ ਨੂੰ ਹਟਾ ਰਹੀਆਂ ਨੇ ਅਤੇ ਜਿਹੜੇ ਲੋਕ ਇਸ ਮਲਬੇ ਦੇ ਹੇਠਾਂ ਦਬੇ ਹੋਏ ਨੇ ਉਹਨਾਂ ਨੂੰ ਬਾਹਰ ਆ ਜਿਹੜਾ ਉਹ ਕੱਢਿਆ ਜਾ ਰਿਹਾ।